जिस चीज का इंतजार था वो हो ही गई। ਇਹ ਸੁਤਲੀ ਸਾਈਡ ਚਲਾ ਨਾ ਗੁੱਟ ਦੀ ਥਾਂ ਤੋਂ ਦਰਅਸਲ ਨਾ ਵਾਲੀਬਾਲ ਖੇਡਦਿਆਂ ਨਾ ਯਾਰ ਨਾ ਮੇਰੇ ਨਾਲ ਦੂਜਾ ਡਿੱਗਾ ਹੈਗਾ ਅਤੇ ਉਹਨੂੰ ਦਰਦ ਗੁੱਟ ਨੂੰ ਬੜੀ ਆਉਂਦੀ ਵੀ ਇੱਕ ਮਿੰਟ ਹੈਗਾ ਜਿਸ ਟਾਈਮ ਇੰਜ ਕਰੀਦਾ ਨਾ ਉਸ ਟਾਈਮ ਨੂੰ ਕਾਫੀ ਦਰਦ ਹੁੰਦੀ ਫਿਰ ਉਹਨੂੰ ਆਖਿਆ ਕਿ ਗਰਮ ਘਿਓ ਦੀ ਨਾ ਮਾਲਿਸ਼ ਕਰੋ ਉਹ ਕਰ ਰਿਹਾ ਅੱਲਾ ਕਰਮ ਕਰੇ ਠੀਕ ਹੋ ਜਾਵੇ। ਹੈਲੋ ਜੀ ਨਾ ਦੋ ਕੇ ਫਰੈਸ਼ ਹੋ ਗਿਆ ਹੁਣ ਜਾਣਾ ਡਾਕਟਰ ਕੋਲ ਮਾਲਿਸ਼ ਕਰਵਾ ਲਈ ਹੱਥ ਨੂੰ ਅਤੇ ਡਾਕਟਰ ਕੋਲ ਜਾਣਾ ਉਹਨੂੰ ਚੈੱਕਅਪ ਕਰਾਉਣਾ ਹੈ ਹੁਣ ਵੇਖੋ ਡਾਕਟਰ ਕੀ ਆਉਂਦਾ ਹੈਗਾ ਲੇਕਿਨ ਇਹ ਕੱਲ੍ਹ ਖੇਡਦਾ ਰਿਹਾ ਥੋੜ੍ਹੀ ਜਿਹੀ ਪ੍ਰੈਕਟਿਸ ਕੀਤੀ ਆ ਤਾਂ ਉਹਨਾਂ ਹੱਥ ਨੂੰ ਫਿਰ ਜ਼ਿਆਦਾ ਨਾ ਦਰਦ ਹੋਣ ਲੱਗ ਪਈ ਆ ਮੈਂ ਕਿ ਬਿਹਤਰ ਇਹ ਹੈਗਾ ਕਿ ਪਹਿਲੇ ਡਾਕਟਰ ਨੂੰ ਚੈੱਕਅਪ ਕਰਾ ਲਈਏ ਉਹ ਵੇਖੋ ਕੀ ਆਉਂਦਾ ਹੈਗਾ ਇਵੇਂ ਖੇਡਦੇ ਰਹੀਏ ਜ਼ਿਆਦਾ ਮਸਲਾ ਬਣ ਜਾ ਸੀ ਬਿਹਤਰ ਇਹ ਹੀ ਹੈ ਡਾਕਟਰ ਨੂੰ ਚੈੱਕ ਕਰਾ ਲਵੀਏ ਅਤੇ ਚੱਲਦੇ ਹਾਂ ਡਾਕਟਰ ਕੋਲ ਅਤੇ ਦੂਜਾ ਇਹ ਹੈਗਾ ਕਿ ਸਾਡੇ ਜਿੱਥੇ ਸਕੂਲ ਦੀ ਜਿਹੜੀ ਟੀਮ ਹੈ ਨਾ ਉਹਦਾ ਮੈਚ ਹੈ ਫਾਈਨਲ ਅੱਜ ਨਾਲ ਹੀ ਮਲਖਾਂ ਵਾਲਾ 226 ਮਲਖਾਂ ਵਾਲਾ ਸਾਡੇ ਨਾਲ ਹੀ ਪਿੰਡ ਹੈਗਾ ਜਿੱਥੇ ਅਸਾਂ ਮਤਲਬ ਕਿ ਹਾਈ 9ਵੀਂ 10ਵੀਂ ਕਲਾਸ ਕੀਤੀ ਹੈਗੀ ਅਤੇ ਤੁਹਾਨੂੰ ਉਹ ਵੀ ਸਕੂਲ ਅੱਜ ਵਿਖਾਉਂਦੇ ਹਾਂ ਵਿਜ਼ਿਟ ਕਰਾਉਂਦੇ ਹੈਗੇ ਅਤੇ ਦੂਜਾ ਫਿਲਹਾਲ ਡਾਕਟਰ ਕੋਲ ਚੱਲਦੇ ਹਾਂ ਕੀ ਆਉਂਦਾ ਹੈਗਾ ਮਸ਼ਵਰਾ ਕਰ ਲੈਣਾ ਚਾਹੀਦਾ ਡਾਕਟਰ ਨਾਲ। ਬਿੱਲੀ ਆਇਆ ਸੁਬਹਾ ਸੁਬਹਾ ਵੇਖੋ ਕੀ ਕੰਮ ਇਸੋ ਸਪੈਸ਼ਲ ਫੋਨ ਕੀਤਾ ਇਸੋ ਕਿ ਦੂਜਾ ਨਾ ਇੱਕ ਵੀਡੀਓ ਟਿਕਟੋਕ 'ਤੇ ਚੜਾਉਣੀ ਹੈ ਵੇਨ ਹੈ ਕਿਹੜੀ ਟਿਕਟੋਕ 'ਤੇ ਚੜਾਉਣੀ ਇਸੋ ਸੁਬਹਾ ਨਾਲ ਤੈਨੂੰ ਕੋਈ ਹੋਰ ਕੰਮ ਕਾਰ ਕੋਈ ਨਹੀਂ ਹੈ ਸੁਣਾ ਫਿੱਟ ਹੈ ਚੋਟ ਨਾ ਲੱਗੀ ਕਸਮਤ ਠੀਕ ਨਹੀਂ ਹੁੰਦੀ ਉਹ ਐਨੀ ਕਰੀਬ ਹੈ ਨਾ ਦਰਦ ਹੁੰਦਾ ਹੈ ਗੋੜੀ ਆਖਿਆ ਤੇਰਾ ਮੇਰਾ ਕੰਮ ਬਾਣ ਵਾਲਾ ਕੋਈ ਕੰਮ ਨਹੀਂ ਤੇ ਤੈਨੂੰ ਵੀ ਸ਼ਮਾਇਸ਼ ਆਖਿਆ ਕੋਈ ਕੰਮ ਨਹੀਂ ਤੇਰਾ ਤੂੰ ਜਾਂ ਮੀਡੀਆ ਨਾਲ ਮੱਥੇ ਲਾਗ ਤੇ ਜਾਂ ਸ਼ੂਟਿੰਗ ਨਾਲ ਮੱਥੇ ਲਾ ਚਲੋ ਕੋਈ ਡਾਕਟਰ ਦੱਸ ਜਾ ਜੀ ਚੈੱਕ ਕਰਾ ਜੇ ਆਪ ਯਕੀਨ ਮਾਂ ਗਏ ਮੁੜ ਚੈੱਕ ਕਰ ਗੁੱਡ ਬਾਈ ਇਹਦੇ ਤੋਂ ਥੋੜਾ ਬਾਹਰ ਲੱਗ ਜਾਣਾ ਤੁਹਾਨੂੰ ਮਾਰਨ ਸਹੀ ਹੋ ਜਾ ਇਹਨੂੰ ਪੈਸੇ ਤਲਾਕ ਨੂੰ ਕੰਮ ਹੈ ਮੁੜ ਅੱਜ ਕੱਲ੍ਹ ਬਾਬਾ ਜੀ ਬਾਈ ਜਾਨ ਕੰਮ ਕਰਦਾ ਪਿਆ ਬਿੱਲੀ ਆਇਆ ਹੈ ਬਿੱਲੀ ਫਿਲਹਾਲ ਇਹਨਾਂ ਦੂਜਾ ਵੀਡੀਓ ਇੱਕ ਅਪਲੋਡ ਕਰਵਾਉਣੀ ਆ ਆਪਦੀ ਹਾਂ ਉਹ ਕਰਨੀ ਹੈ ਫਿਲਹਾਲ ਜਾਊ ਹੈ ਕਿੱਥੇ ਧੱਕਾ ਲਾਉਣਾ ਇੱਧਰ ਧੱਕਾ ਲਾਉਣਾ ਆਤੇ ਹੋਵੇ ਕਾਮ ਪੇ ਲਗਾ ਦਿਆ ਯਾਰ ਟਰੈਕਟਰ ਕੋ ਧੱਕਾ ਲਗਾਉਣਾ ਹੈ ਮੈਨੇ ਖੁਦ ਉਸਨੇ ਚਲਾਉਣਾ ਹੈ ਦੇਖਤੇ ਹੈ ਅਬ ਕਿਤਨਾ ਜ਼ੋਰ ਹੈ ਹਮਾਰੇ ਅੰਦਰ ਫਿਲਹਾਲ ਧੱਕਾ ਲਗਾ ਲੇ ਅੱਗੋਂ ਲਵਾਉਣਾ ਜਾਂ ਪਿੱਛੋਂ ਟਰੈਕਟਰ ਇਸਕੋ ਹਮ ਧੱਕਾ ਲਗਾਉਣੇ ਲਗੇ ਫਿਲਹਾਲ ਵੀਡੀਓ ਬੰਦ ਕਰਨਾ ਹੋਏ 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 ਸਾਹ ਚੜ ਗਿਆ ਇਕੱਲੇ ਧੱਕਾ ਲਾਇਆ ਹੈਗਾ ਐਡੇ ਵੱਡੇ ਟਰੈਕਟਰ ਨੂੰ ਛਾਨੀ ਦੇ ਉੱਤੇ ਬੈਠਾ ਆ ਫਿਲਹਾਲ ਅਸੀਂ ਮੈਚ ਇੰਜੋਏ ਕਰ ਰਹੇ ਹਾਂ ਇੱਥੇ ਆਏ ਮਲਖਾਂ ਵਾਲੇ 226 ਫਾਈਨਲ ਮੈਚ ਸੀ ਸਾਡੇ ਪਿੰਡ ਵਾਲਿਆਂ ਨੇ ਪਹਿਲਾਂ ਇੱਕ ਮੈਚ ਜਿੱਤ ਗਏ ਦੂਜਾ ਹੁਣ ਮੈਚ ਹੋ ਰਿਹਾ ਦੋਨੇ ਟੀਮਾਂ ਤਾਂਦਲੇ ਵਾਲੇ ਦੀ ਆਉਣਗੀਆਂ ਬਹੁਤ ਅੱਛਾ ਖੇਡੀਆਂ ਅਤੇ ਮੇਰੇ ਨਾਲ ਫਿਲਹਾਲ ਜਾਣਦੇ ਹੋ ਕਿਉਂਕਿ ਤੁਸੀਂ ਵਾਲੀਬਾਲ ਚੋਟ ਹੋ ਰਹਾ ਅੱਛਾ ਨਹੀਂ ਤੂੰ ਵੀ ਕਦੇ ਖੇਡਿਆ ਸਮੈਸ਼ ਪਾ ਮੇਰੇ ਕਹਿੰਦੇ ਤੂੰ ਥੱਲੋ ਹੀ ਲੱਗ ਜਾਣਾ ਜਿੱਦਾਂ ਨੜ ਦੀ ਹਾਈਟ ਹੈ ਥੋੜ੍ਹੀ ਹੈ ਵੈਸੇ ਸ਼ੂਟਿੰਗ ਬਾਲ ਵਾਲਿਆਂ ਵਾਸਤੇ ਨਾ ਇਹ ਬਹੁਤ ਹੀ ਮੁਸ਼ਕਲ ਹੈ ਕਿਉਂਕਿ ਅਸੀਂ ਜਿੱਦਾਂ ਥੱਲੋ ਹੀ ਲੱਗ ਜਾਵੇ ਇਤਨੀ ਇਹਦੀ ਹਾਈਟ ਹੈਗੀ ਫਿਲਹਾਲ ਬਹੁਤ ਅੱਛਾ ਯਾਰ ਖੇਡਦੇ ਪੈਣਗੇ ਨਾ ਮਜ਼ਾ ਆ ਰਿਹਾ ਇਹਨਾਂ ਨੂੰ ਵੇਖ ਕੇ ਨਾ ਹੁਣ ਵੇਖੋ ਸਾਡੇ ਪਿੰਡ ਦੀ ਟੀਮ ਦਾ ਕੀ ਸੁਰਤ ਹਾਲ ਬਣ ਗਈ ਉਹ ਤਾਂ ਵੈਸੇ ਓਵਰਆਲ ਖੇਡਦੇ ਸ਼ੂਟਿੰਗ ਹੀ ਆਉਣਗੇ ਉਹਨੇ ਕਦੀ ਮੈਚ ਖੇਡੀ ਨਹੀਂ ਹੈਗੀ ਅਤੇ ਮੇਰੇ ਖਿਆਲ ਨਾਲ ਤਾਂ ਖੈਰ ਹੀ ਉਸੀ ਪਹਿਲਾਂ ਇੰਜੋਏ ਕਰ ਖੇਡ ਦੇ ਇੰਜੋਏ ਕਰਨੇ ਆ ਜਿਹੜੇ ਪਿੱਛੇ ਨਜ਼ਰ ਆਇਆ 226 ਮਲਖਾਂ ਵਾਲੇ ਇੱਥੇ 2 ਸਾਲ 9ਵੀਂ 10ਵੀਂ ਇੱਥੇ ਕੀਤੀ ਹੈਗੀ
ਜਿੱਦਾਂ ਦਾ ਛੱਡ ਕੇ ਗਏ ਉਦਾਂ ਦਾ ਹੀ ਹੈ, ਕੋਈ ਚੇਂਜਿੰਗ ਨਹੀਂ ਆਈ ਸਿਰਫ ਸਾਨੂੰ ਬੜੀਆਂ ਬੜੀਆਂ ਨੇ ਅੱਜ ਅਸੀਂ ਵੈਸੇ ਐਜ਼ ਏ ਸਪੋਰਟਸਮੈਨ ਇੱਥੇ ਆਏ ਹਾਂ ਕਿ ਸਿਰਫ ਮੈਚ ਵੇਖਣ ਵਾਸਤੇ, ਲੇਕਿਨ ਇਹ ਹੈਗਾ ਕਿ ਉਸੇ ਤਰ੍ਹਾਂ ਹੀ ਹੈ, ਮਤਲਬ ਚੇਂਜਿੰਗ ਕੋਈ ਨਹੀਂ, ਬੜਾ ਮਿਸ ਕਰ ਰਿਹਾ। ਨਾਵੀਂ ਦਸਵੀਂ ਅਸੀਂ ਇੱਥੇ ਕੀਤੀ ਹੈ। ਮੈਂ ਅੱਗੇ ਤੁਹਾਨੂੰ ਦੱਸ ਦਿਆਂ ਨਾ ਆਪਣਾ ਸਕੂਲ ਦੇ ਬਾਰੇ, ਜਿੱਥੇ ਅਸਾਂ ਥੋੜ੍ਹੀ ਜਿਹੀ ਸਟੱਡੀ ਕੀਤੀ ਆ। ਰਾਜ ਵਾਲੀ ਵੱਟੂ ਸਾਹਿਬ ਉਹ ਛੋਟੀਆਂ, ਕਦ ਛੋਟਾ ਜਾਂਦਾ ਨਾ ਉਹ ਜੰਪ ਲੈ ਕੇ ਮਰਦਿਆਂ ਦਰਅਸਲ ਇੱਕ ਮਦਦ ਦੀ ਗੱਲ ਦੱਸਾਂ, ਜਿਸ ਟਾਈਮ ਉਹ ਸਵਾਲ ਸੁਣਦੇ ਆ ਨਾ, ਮੇਰੀ ਹਾਈਟ ਜ਼ਿਆਦਾ ਕਾਫੀ ਸਾਰੀ ਅਤੇ ਨਾ ਉਹ ਥੋੜ੍ਹੇ ਨੀਵੇਂ ਆ, ਮਤਲਬ ਕਿ ਉਹਨਾਂ ਦੀ ਹਾਈਟ ਛੋਟੀ ਆ, ਅਤੇ ਉਹ ਜਿਸ ਟਾਈਮ ਕਿਤਾਬ ਲੈ ਕੇ ਖਲੋਤੇ ਉਹਨਾਂ ਨੇ ਮਨ ਉੱਤੋਂ ਵੇਖ ਕੇ ਉਹਨਾਂ ਨੂੰ ਸੁਣਾ ਦਿੰਦਾ, ਬੜੀ ਚਾਹ ਸਮਝੀ। ਅਤੇ ਇੱਥੇ ਦੂਜਾ ਉਸਤਾਦ ਆਣ ਕੇ ਚੀਮਾ ਸਾਹਿਬ ਖਾਲਸ ਸਾਹਿਬ ਖਾਲਸ ਸਾਹਿਬ ਆਣ ਕੇ ਉਹ ਕਸਮ ਨਾਲ ਹੱਥੀ ਜਿਹੜੀ ਚੀਜ਼ ਆਉਂਦੀ ਆ ਨਾ ਉਹ ਹੀ ਮਾਰ ਦਿੰਦੇ ਆ, ਬਹੁ ਕੁੱਟਦੇ ਆ। ਲੇਕਿਨ ਬੱਚੇ ਸਾਰੇ ਇੱਥੇ ਵੇਖ ਰਹੇ ਕਿ ਕੀ ਟੀਟੀ ਰਾਗ ਬਣਾਈ ਖਲੇ, ਅਸੀਂ ਦਰਅਸਲ ਵਲੌਗ ਬਣਾ ਰਹੇ ਹਾਂ। ਟੀਮ ਇੱਥੇ ਖਲੋ ਕੇ ਫਿਲਹਾਲ ਇੰਤਜ਼ਾਰ ਕਰ ਰਹੀ ਹੈ ਕਿ ਮੈਚ ਕਿਸ ਟਾਈਮ ਆਉਣਾ। ਕੋਈ ਨਹੀਂ, ਖੈਰ ਹੈ, ਜਲਦੀ ਤੁਸੀਂ ਕੁੱਟੀ ਸੋ, ਟੈਨਸ਼ਨ ਨਾ ਲਓ। ਹਮਾਰੀ ਟੀਮ ਕਾ ਮੈਚ ਹੋ ਗਿਆ ਸਟਾਰਟ, ਦੇਖਤੇ ਹੈ ਕਿਆ ਹੋਤਾ ਹੈ। ਉਮੀਦ ਤਾਂ ਨਹੀਂ ਹੈ, ਲੇਕਿਨ ਫਿਰ ਵੀ ਅੱਲਾ ਕਰਮ ਕਰੇਗਾ। ਵੈਸੇ ਦਰਅਸਲ ਨਾ ਉਹ ਪ੍ਰੋਫੈਸ਼ਨਲ ਖਿਲਾੜੀ ਆਣਗੇ, ਦੂਜੇ ਜਿਹੜੀ ਟੀਮ ਹੈ ਨਾ ਤਾਂਦਰੇ ਵਾਲੀ ਉਹ ਪ੍ਰੋਫੈਸ਼ਨਲ ਟੀਮ ਹੈ, ਲੇਕਿਨ ਸਾਡੇ ਜਿਹੜੇ ਇੱਥੇ ਦੇਣ ਨਾ ਮੁੰਡੇ ਉਹ ਸਿਰਫ ਸ਼ੂਟਿੰਗ ਬਾਲ ਖੇਡਦੇ ਆ, ਉਹਨਾਂ ਨੂੰ ਸ਼ਮੈਸ਼ ਬਾਲ ਦਾ ਕੋਈ ਪਤਾ ਨਹੀਂ ਹੈ। ਵੈਸੇ ਉਹ ਕਸਮੇ ਮਜ਼ਾਕ ਬਣਾ ਰਹੇ ਸਾਡੀ ਟੀਮ ਦਾ, ਦੇਖੋ ਦਰਅਸਲ ਉਹਨਾਂ ਨੂੰ ਖੇਡਣਾ ਹੀ, ਸਾਡੀ ਟੀਮ ਨੂੰ ਖੇਡਣਾ ਹੀ ਨਹੀਂ ਆਉਂਦਾ ਹੈਗਾ, ਇਸ ਤਰ੍ਹਾਂ ਹੀ ਹੈ। ਅੱਛਾ ਮਦਦ ਦੀ ਗੱਲ ਪਤਾ ਕੀ ਕਰ, ਉਹ ਜਿਹੜੇ ਸਾਡੇ ਖੇਡਣ ਵਾਲੇ ਆ ਨਾ ਮੁੰਡੇ, ਉਹ ਕਹਿੰਦੇ ਯਾਰ ਨਾ ਬਣਾ, ਸਾਡੀ ਬਿਸਤੀ ਹੁੰਦੀ ਤੂੰ ਵੀਡੀਓ ਬਣਾ ਜਾਂਦਾ। ਮੈਂ ਕਿਹਾ ਤੁਹਾਨੂੰ ਪਤਾ ਲੱਗ ਸੀ ਨਾ ਕਿ ਕਿਵੇਂ ਖੇਲੀਦਾ, ਸਿਰਫ ਸ਼ੂਟਿੰਗ ਨਹੀਂ ਖੇਡਣਾ, ਸ਼ਮੈਸ਼ ਬਾਲ ਵੀ ਖੇਡਣਾ ਹੈਗਾ। ਅਤੇ ਵੈਸੇ ਹੁਣ ਲੱਗੇ ਵੈਕਸ 15 ਮਿੰਟ ਹੀ ਗਏ ਉਹਨਾਂ ਨੂੰ, ਪਹਿਲੀ ਗੇਮ 10 ਮਿੰਟਾਂ ਤਾਰ ਗਏ, ਦੂਜੀ ਫਿਲਹਾਲ ਹਰਨ ਦੇ ਬਿਲਕੁਲ ਨਜ਼ਦੀਕ ਆਣਗੇ, ਉਮੀਦ ਨਹੀਂ ਜਦ ਜਾਣਗੇ। ਜਿਸ ਚੀਜ਼ ਕਾ ਇੰਤਜ਼ਾਰ ਥਾ ਵੋ ਹੋ ਹੀ ਗਈ, ਹਮਾਰੀ ਟੀਮ ਹਾਰ ਗਈ। ਫਿਲਹਾਲ ਹੁਣ ਵੇਹਨੇ ਆ ਟੀਮ ਦੀ ਬਿਸਤੀ ਬੜੀ ਹੋਣੀ ਹੈ। ਫਿਲਹਾਲ ਸ਼ਾਨੀ ਉਹਨਾਂ ਚੁੜ ਚੁੜ ਕੇ ਮਾਰਿਆ ਬੰਦਿਆਂ ਨੂੰ, ਬੜਾ ਗੰਦਾ ਖੇਡੇ। ਅੱਛਾ ਜਿਹੜਾ ਸੁਬਹ ਫਾਈਨਲ ਮੈਚ ਹੋਣਾ ਉਹ ਬਹੁਤ ਕਲਾਸ ਦਾ ਹੋਣਾ, ਉਹ ਅਗਰ ਇੱਥੇ ਮੈਚ ਹੋਇਆ ਤਾਂ ਫਿਰ ਆਵਾਂਗੇ ਇਨਸ਼ਾਲਾ। ਵੈਸੇ ਬੜੇ ਡਿਸਹਾਰਟ ਹੋਏ ਯਾਰ ਜਿਹੜਾ ਮੈਚ ਅਸੀਂ ਹਾਰ ਗਏ ਹਨ, ਚਲੋ ਖੈਰ ਹੈ ਉਹਦਾ ਰਸੇ। ਫਿਲਹਾਲ ਇਤਨਾ ਹੀ।